बद नसीब मापे ने जिन्होंने एक महीना पहला ही लखा रुपए लगा के अपना पुत विदेश भेजा ताकि उसका भविख वधिया बन जाए, पर उन्होंने नहीं पता सी कि एक महीने बाद ही उन्होंने विदेश की धरती तो यह माड़ी खबर मिलेगी कि उन्होंने पुत हुण इस दुनिया के विच नहीं रहा। अमरजीत कौमांतरी कबड्डी खिडारी सी जो एक महीना पहला ही कनेडा गया सी ते कनेडा दे सरी शहर दे विच रह रहा सी, पर 17 जनवरी नूं दिल दा दौरा पैण कारण उसकी मौत हो गई, जिस तों बाद परिवार ते दुखा दा पहाड़ टुट गया ते इस वेले परिवार दा रो रो के बुरा हाल है। मापिया दा हाल देखिया नहीं जांदा ते मापे अपने पुत दा आखरी वार मुंह देखण दे लई तरस रहे ने। मृतक अमरजीत मोगा जिले दे पिंड पत्तो हीरा सिंह दा जंपल है। परिवार ने सरकार नूं अपील की है कि 26 फरवरी नूं उन्हां दे पुत दा कनेडा दे विच अंतिम संस्कार है ते परिवार नूं विदेश भेजा जावे तां जो कि ओह अपने पुत दा आखरी वार मुंह देख सकण। पुत अमरप्रीत 12 दिसंबर नूं गया सी, उत्थे एक महीना होया सी। 15 दिसंबर दी रात जनवरी नूं दिल दा दौरा पै गया। मेरे नाल 12:30 गल कीती, 14 जनवरी नूं वधिया मैनूं हौसला दिता, मम्मी हुण ना फिक्र करी, मैनूं काम मिल गया, मैं कल तो काम ते जाणा, कागज़ पत्र मेरे सारे तैयार हो गए। फिर परमात्मा ने पता नहीं साढ़े तो इन्ना क्यों मुसीबत पाई, सदा लई लै गए। आखिरी फोन उद 14 दिसंबर नूं 14 जनवरी नूं कीता सी। माता जी डैथ का पता लगता परिवार से काफ़ी दुख का भार टुटा होना, पर अज पुत की लाश उत्थे पई है, तुसी इत्थे विलकदे पए हो, सरकार तो की मंग करदे? सरकार नूं मंग करदे असीं आप साडी आर्थ कमजोर पुत का मूँह वेखना चाहते, सरकार तो यही मंग करदे साडे पुत दी मूँह वेख्या जाए, साडी सरकार वालों मदद की जाए। असी तो सब कुछ बेच बट लिया, उस तो लाता सी हमने, वो वाइफ है, वह बेचारी कली कुड़ियों को रह रही है, वह भी कहें मम्मी डैडी मेरे मेरा सासरा बनो सहारा बनो, तुम इतने आओ ना यार पुत का मूँह वेख। 26 तरीक का संस्कार असं उत्थे जाना चाहते, वह मूँह वेखना आखिर बार ਮੂੰਹ ਵੇਖਣਾ ਚਾਹੁੰਦੇ। ਮੇਰਾ ਨਾਮ ਬਲਦੇਵ ਸਿੰਘ ਹੈ ਜੀ। ਬਲਦੇਵ ਸਿੰਘ ਜੀ, ਬੇਟੇ ਦੀ ਮੌਤ ਹੋਈ ਹੈ ਕਨੇਡਾ ਦੇ ਵਿੱਚ, ਕਬੱਡੀ ਖਿਡਾਰੀ ਸੀ, ਨਾਮ ਕਾਫੀ ਵੱਡਾ ਸੀਗਾ, ਪਰਿਵਾਰ ਇੱਥੇ ਬਿਲਕ ਰਿਹਾ, ਬੇਟੇ ਦੀ ਲਾਸ਼ ਉੱਥੇ ਪਈ, ਕੀ ਕਹਿਣਾ ਚਾਹੁੰਦੇ? ਉਹਦਾ 26 ਫਰਵਰੀ ਨੂੰ ਸੰਸਕਾਰ ਆ ਜੀ, ਜੇ ਸਰਕਾਰ ਚਾਹੇ ਅਸੀਂ ਸਿਮਰ ਸਿੰਘ ਔਰ ਬਾਦਲ ਨੂੰ ਵੀ ਬੇਨਤੀ ਕਰਦੇ ਹਾਂ, ਉਹ ਸੈਂਟਰਲ ਸਰਕਾਰ ਵੱਲੋਂ ਸਾਡੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕਰਕੇ ਸਾਨੂੰ ਵਿਦੇਸ਼ ਭੇਜਿਆ ਜਾਵੇ ਕਿਸੇ ਤਰੀਕੇ ਨਾਲ। ਪਹੁੰਚ ਕੀਤੀ ਨਹੀਂ ਕਿਸੇ ਤੱਕ ਵੀ ਅਜੇ ਤੱਕ? ਨਹੀਂ ਜੀ, ਅਜੇ ਤੱਕ ਕੋਈ ਨਹੀਂ ਆਇਆ ਸਾਡੇ ਘਰ, ਨਹੀਂ ਕੁਛ ਨਹੀਂ ਆਇਆ ਜੀ, ਕੋਈ ਨਹੀਂ ਆਇਆ। ਪਹੁੰਚ ਕਰਨ ਵਾਲਾ ਸਿਰਫ ਇੱਕ ਦੋ ਪੱਤਰਕਾਰ ਜ਼ਰੂਰ ਆ ਕੇ ਮੁੜ ਗਏ ਜੀ। ਹੁਣ ਕੀ ਮੰਗ ਕਰਦੇ? ਹੁਣ ਇਹੀ ਮੰਗ ਹੈ ਵੀ ਸਾਨੂੰ ਵਿਦੇਸ਼ ਜਾਣ ਵਿੱਚ ਰੋਕਿਆ ਨਾ ਜਾਵੇ ਕਿਸੇ ਤਰੀਕੇ ਨਾਲ, ਸਾਨੂੰ ਵਿਦੇਸ਼ ਭੇਜਿਆ ਜਾਵੇ, ਉੱਥੇ ਮੁੰਡੇ ਦਾ ਆਖਰੀ ਅਸੀਂ ਉਹਦਾ ਛੱਕ ਮੂੰਹ ਦੇਖ ਲਈਏ ਜਾਂਦੀ ਵਾਰ ਦਾ। ਇਹ ਵੀ ਪਤਾ ਲੱਗਿਆ ਪਰਿਵਾਰ ਆਰਥਿਕ ਦੁੱਖ 'ਤੇ ਵੀ ਟੁੱਟਿਆ ਵਾ ਜੀ, ਸਾਰੇ ਵੇਚ ਵੱਟ ਕੇ ਪੈਸੇ ਲਾ ਕੇ ਭੇਜ? ਹਾਂਜੀ, ਸਾਰੀ ਜ਼ਮੀਨ ਜ਼ਮੀਨ ਵੇਚ ਕੇ ਉਹਨੂੰ ਭੇਜਿਆ ਹੀ ਬਾਹਰ ਸੀ, ਅਤੇ ਹੁਣ ਸਾਡੇ ਕੋਲ ਤਾਂ ਬਸ ਆਹ ਘਰ ਬਚਿਆ ਇੱਕ, ਇਹ ਵੀ ਹੁਣ ਵਿਕਣ 'ਤੇ ਆਇਆ ਪਿਆ। ਪਿੰਡ ਪੱਤੋ ਹੀਰੇ ਸਿੰਘ ਦਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਮਰਪ੍ਰੀਤ ਸਿੰਘ ਅਮਰੀ, ਜਿਹਦਾ ਕਿ ਬਹੁਤ ਨਾਂ ਸੀ, ਉਹ ਦਿਨ ਸੀ ਜਦੋਂ ਉਸਨੂੰ ਆਪਣੀ ਟੀਮ ਵਿੱਚ ਖਿਡਾਉਣ ਲਈ, ਕਲੱਬਾਂ ਵਿੱਚ ਖਿਡਾਉਣ ਲਈ ਇਹਨਾਂ ਦੇ ਬਾਰਾਂ ਦੇ ਵਿੱਚ ਗੱਡੀਆਂ ਆਉਂਦੀਆਂ ਸੀ, ਸਾਡੇ ਨਾਲ ਭੇਜੋ ਸਾਡੇ ਨਾਲ ਭੇਜੋ, ਅਤੇ ਹਾਲਾਤ ਇਹ ਬਣੇ ਆ, ਉਹ ਨੌਜਵਾਨ ਦਾ ਦੇਹਾਂਤ ਹੋ ਗਿਆ, ਅਤੇ ਹੁਣ ਖੇਡ ਪ੍ਰੇਮੀ ਖੇਡ ਕਲੱਬਾਂ ਵਾਲੇ ਇਹਨਾਂ ਦੇ ਕੋਈ ਘਰੇ ਨਹੀਂ ਬੋੜਿਆ, ਕਿਸੇ ਨੇ ਕੋਈ ਮਾਲੀ ਇਮਦਾਦ ਨਹੀਂ ਕੀਤੀ। ਉਸ ਮਾਪਿਆਂ ਲਈ ਸਭ ਤੋਂ ਔਖੀ ਗੱਲ ਉਹ ਹੁੰਦੀ ਆ ਕਿ ਮਾਪਿਆਂ ਜਿਉਂਦਾ ਉਹਨਾਂ ਦੇ ਨੌਜਵਾਨ ਪੁੱਤ ਦੀ ਆ ਦੇਹਾਂਤ ਹੋ ਜੇ, ਅਤੇ ਮਾਪਿਆਂ ਨੂੰ ਉਹ ਦੁਰਭਾਗਾ ਸਮਾਂ ਕਿ ਉਹ ਆਪਦੇ ਪੁੱਤ ਦੀ ਅਰਥੀ ਨੂੰ ਮੋਢਾ ਦੇਣ ਲਈ ਤਰਸ ਰਹੇ ਆ। ਸੋ ਇਹਨਾਂ ਨੇ ਘਰ ਵੇਚ ਵੱਟ ਕੇ ਆਪਦਾ 30-35 ਲੱਖ ਰੁਪਇਆ ਲਗਾ ਕੇ ਮੁੰਡੇ ਨੂੰ ਬਾਹਰ ਭੇਜਿਆ। ਸੋ ਇਹਨਾਂ ਦੀ ਆਰਥਿਕ ਮਦਦ ਵੀ ਕੀਤੀ ਜਾਵੇ ਅਤੇ ਇਹਨਾਂ ਲਈ ਆਉਣ ਜਾਣ ਦਾ ਟਿਕਟਾਂ ਦਾ ਪ੍ਰਬੰਧ ਵੀ ਕੀਤਾ ਜਾਵੇ। ਇਹ ਅਸੀਂ ਪੰਜਾਬ ਸਰਕਾਰ ਤੋਂ, ਕੇਂਦਰ ਸਰਕਾਰ ਤੋਂ, ਖੇਡ ਪ੍ਰੇਮੀਆਂ ਤੋਂ, ਸਮਾਜ ਸੇਵੀਆਂ ਤੋਂ ਮੰਗ ਕਰਦੇ ਹਾਂ, ਜੇ ਤੁਸੀਂ ਕਬੱਡੀ ਖੇਡ ਨੂੰ ਬਚਾਉਣਾ
ਮੁੰਡਿਆਂ ਨੂੰ ਖੇਡ ਵੱਲ ਲਾਉਣਾ ਤਾਂ ਇਹੋ ਜਿਹੇ ਉਪਰਾਲੇ ਉਹਨਾਂ ਦੀ ਬਾਂਹ ਵੀ ਫੜਨੀ ਚਾਹੀਦੀ ਹੈ। ਇਹ ਨਹੀਂ ਵੀ ਜਦੋਂ ਕਬੱਡੀ ਖਿਡਾਰੀ ਟੌਰ ਆ ਚੜ੍ਹਾਈ ਆ ਉਹਦੀ ਉਦੋਂ ਤੁਸੀਂ ਉਹਦੀ ਪੂਛ ਪੂਛ ਕਰੋ, ਅਤੇ ਜੇ ਵਿਚਾਰਾ ਕਬੱਡੀ, ਕਿਉਂਕਿ ਹਰ ਖਿਡਾਰੀ ਦਾ ਖੇਡ ਦਾ ਸਮਾਂ ਹੁੰਦਾ, ਉਹ ਜਦੋਂ ਸਮਾਂ ਇਹਦੇ 60 ਵੱਜ ਗਈ ਤਾਂ ਇਹ ਖੇਡਣ ਨੂੰ ਹਟ ਗਿਆ ਸੀਗਾ, ਘੱਟ ਗਈ ਸੀ ਖੇਡ, ਪਰ ਇਹ ਮੁੜ ਕੇ ਸਾਰਿਆਂ ਨੂੰ ਲੈਣੀ ਬਹੁਤ ਹੀ ਮੰਦਭਾਗ ਸਾਡੇ ਵਾਸਤੇ। ਸਕੈਨਿਸ ਪੰਜਾਬ ਦੇ ਲਈ ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ।